ਤੁਸੀਂ ਨਾ ਜਾਮਣ ਜਾਮਣ ਬਹੁਤ ਕਰਾਈ ਪਈ ਏ, ਕੀ ਚੱਕਰ ਕੀ ਹੈ? ਪੁੱਤ ਸੂਏ ਵਾਲੀ ਜਾਮਣ ਥੱਲੇ ਆਇਆ, ਉੱਥੇ ਤੈਨੂੰ ਦੱਸਦਾ ਮੈਂ। ਤੇ ਮੈਨੂੰ ਬੋਲੀ ਦਾ ਕੋਈ ਚੇਤੇ ਨਹੀਂ ਆਈ, ਫਿਰ ਮੈਨੂੰ ਜਾਮਣ ਹੀ ਆ ਗਈ ਚੇਤੇ। ਮੈਂ ਕਿਹਾ ਵੀ ਇਹਨੂੰ ਕਿਸੇ ਨੂੰ ਸੂਏ ਤੇ ਬੁਲਾਈਏ ਆਪਾਂ ਵੀ ਜਾਮਣਾ ਖਾਲਾਂ। ਤੇ ਫਿਰ ਉਹ ਆਟੇ 'ਚ ਪਾਣੀ ਪਾਉਣ ਵਾਲੀ ਗੱਲ ਦਾ ਮੈਨੂੰ ਮਤਲਬ ਸਮਝਾਓ। ਲੋਕੀ ਡਰੇ, ਕਹਿੰਦੇ ਕਮੈਂਟ ਕਰਦੇ, ਕਹਿੰਦੇ ਵੀਰੇ ਯਾਰ ਕੀ ਕਹੇ, ਆਟੇ 'ਚ ਪਾਣੀ ਪਾਉਣ ਵਾਲੀ ਤਾਂ ਗੱਲ ਹੀ ਨਹੀਂ ਸੀਗੀ, ਕੀ ਚੱਕਰ ਕੀ ਪੈ ਗਿਆ ਇਹ? ਘਰੇ ਕਹਿ ਕੇ ਆਈ ਵੀ ਆਟੇ 'ਚ ਪਾਣੀ ਨਾ ਪਾਉਣ, ਬਸ ਗੱਲ ਖਤਮ। ਸੋਨੂੰ ਸੀਤੂ ਵਾਲੇ ਨਾਲ ਕੀ ਰੌਲਾ? ਹੈਲੋ ਹੈਲੋ, ਹਾਂਜੀ, ਕੀ ਹਾਲ ਚਾਲ ਦੋਸਤੋ? ਠੀਕ ਠਾਕ ਜੀ। ਮੈਡਮ ਮੇਰਾ ਕੋਈ ਰੌਲਾ ਨੀ, ਮੈਂ ਆਪਣੇ ਕਿਹੜਾ ਕੋਈ ਮੰਗਣਾ ਆਉਂਦਾ ਜਾਂ ਕੋਈ ਮੈਂ ਜਾਂਦਾ ਉਹਦੇ ਘਰੇ? ਸੀਤੋ ਵਾਲੇ ਨਾਲ ਆਪਣਾ ਕੋਈ ਰੌਲਾ ਨੀ। ਮੈਂ ਤਾਂ ਧੰਨਵਾਦ ਕਰਦਾ ਬਾਈ ਸੀਤੋ ਵਾਲੇ ਦਾ ਵੀ, ਬਹੁਤ ਬਹੁਤ ਸ਼ੁਕਰੀਆ। ਕਿਵੇਂ ਲੱਗਦਾ ਤੁਹਾਨੂੰ ਸੀਤੋ ਵਾਲਾ? ਠੀਕ ਹੈ ਵੀਰੇ, ਠੀਕ ਆ, ਉਹ ਆਪਣੀ ਥਾਂ ਤੇ ਜਗ੍ਹਾ ਤੇ ਠੀਕ ਆ। ਖੜੀ ਤੇ ਸਿਣਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ, ਖੜੀ ਤੇ ਸਿਣਤੇ ਛੱਡ ਗਿਆ ਆਪ ਤੂੰ ਗੱਡੀ ਚੜ ਗਿਆ ਵੇ, ਹਾਏ ਬਾਰ ਰੋਕਿਆ ਰਾਹ ਰੋਕਿਆ ਇੱਕ ਨਾ ਮੰਨੀ ਮੇਰੀ, ਮੁੜ ਚੱਲ ਟੋਲਾ ਮੁੜ ਚੱਲ ਕਰਨੂ ਵੇ ਬਾਂਹ ਖਿੱਚਦੀ ਰਹੀ ਤੇ, ਹਾਏ ਤਰਲੇ ਪਾਏ ਮਿੰਤਾਂ ਕਰੀਆਂ ਕਿੰਨੀਆਂ ਪੈਰੀ ਚੁੰਨੀਆਂ ਤਰੀਆਂ, ਤਾਂ ਵੀ ਹੀਰੇ ਤਾਕਤ ਮੂਹੀ ਬਣ ਕੇ ਸੀਨੇ ਲੜ ਗਿਆ ਵੇ, ਖੜੀ ਤੇ ਸਿਣਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ, ਖੜੀ ਤੇ ਸਿਣਤੇ ਛੱਡ ਗਿਆ ਆਪ ਤੂੰ ਗੱਡੀ ਚੜ ਗਿਆ ਵੇ। ਅੱਛਾ ਨੂਰ ਦਾ ਨਾਂ ਲੈ ਕੇ ਭੁੱਲੀ ਗੱਲ ਕਰਦੇ ਹੋ? ਨੂਰਵੀਰ ਤੇਰੇ ਪਹੁੰਚੀ ਗੋੜਦਿਆਂ, ਨੂਰਵੀਰ ਤੇਰੇ ਪਹੁੰਚੀ ਗੋੜਦਿਆਂ ਲਾ ਕੇ ਸਿਲਮ ਸਤਾਰੇ, ਪੰਜ ਰੁਪਈਏ ਮੈਨੂੰ ਦੇ ਦੀ ਪੰਜ ਟੇਕ ਦੀ ਡੇਰੇ ਵੇ, ਤੈਨੂੰ ਰੂਪ ਚੜੇ ਬਣ ਸਕਣਾ ਦੇ ਫੇਰੇ ਵੇ, ਤੈਨੂੰ ਰੂਪ ਚੜੇ ਬਣ ਸਕਣਾ ਦੇ ਫੇਰੇ ਵੇ, ਤੈਨੂੰ ਰੂਪ ਚੜੇ। ਵਾਹ ਬਈ, ਤੁਸੀਂ ਤਾਂ ਕੁਝ ਪੇਂਟਿੰਗ ਲਾਈ ਤੇ ਬੋਲੀ ਬਣਾ ਵੀ ਦਿੱਤੀ। ਓਕੇ ਨੀ, ਕਮੈਂਟ ਜਿਹੜੇ ਆਉਂਦੇ ਨੇ ਤੁਹਾਨੂੰ ਬੁਰੇ ਵੀ ਆਉਂਦੇ ਚੰਗੇ ਵੀ, ਬਹੁਤ ਲੋਕ ਕਰਦੇ ਨੇ, ਤਾਂ ਤੁਸੀਂ ਦਿਲ ਤੇ ਲਾ ਲੈਂਦੇ ਹੋ, ਫਰਕ ਪੈਂਦਾ ਕਮੈਂਟਾਂ ਨਾਲ ਜਦੋਂ ਪੜ੍ਹਦੇ ਹੋ? ਪੈਂਦਾ ਤਾਂ ਹੈ ਮੈਡਮ ਫਰਕ, ਤਾਂ ਫਿਰ ਵੀ ਕੀ ਕਰੀਏ, ਮੈਂ ਕਹਿੰਦਾ ਵੀ ਮੇਰਾ ਕੋਈ ਸਹਾਰਾ ਬਣ ਜੇ, ਕੋਈ ਇੱਕ ਗੁੱਡੀ ਆ ਕੋਈ ਮਾੜਾ ਮੋਟੇ ਆਮਦਨ ਆਉਣ ਲੱਗ ਜੇ, ਇਸੇ ਕਰਕੇ ਮੈਂ ਪਾਉਣ ਲੱਗ ਗਿਆ ਵੀਡੀਓ। ਹੋਰ ਪਰਿਵਾਰ ਦੇ ਵਿੱਚ ਕੌਣ ਆ? ਬੱਚੇ ਤੁਹਾਡੇ ਕਿੰਨੇ ਆ? ਮੇਰੀ ਗੁੱਡੀ ਆ ਜੀ 10-11 ਸਾਲ ਦੀ। ਠੀਕ ਹੈ। 3 ਕੁ ਬੱਚੇ ਮੁੱਕ ਗਏ ਸੀਗੇ ਡੈਥ ਹੋਈ। ਬਹੁਤ ਦੁੱਖ ਦੀ ਗੱਲ ਹੈ ਕਿ ਅਚਾਨਕ ਬੱਚੇ ਐਡੇ ਪਾਲੇ ਹੋਣ ਤੇ ਇਸ ਤਰ੍ਹਾਂ। ਕੋਈ ਕਾਰਨ ਬਣ ਗਿਆ ਸੀ, ਬਿਮਾਰੀ ਸੀਗੀ ਕੋਈ? ਦੋ ਮੇਰੇ ਲੜਕੇ ਗੁਜਰੇ ਆ ਜੀ, ਇੱਕ ਗੁੱਡੀ ਮੁੱਕੀ ਆ। ਗੁਰਾ ਜੀ, ਤੁਹਾਡੇ ਚ ਤਾਂ ਹੌਸਲਾ ਬਹੁਤ ਹੈ, ਇੰਨਾ ਇੰਨੀਆਂ ਚੀਜ਼ਾਂ ਹੋ ਗਈਆਂ ਤੇ ਤੁਸੀਂ ਫਿਰ ਵੀ ਇੰਨੇ ਪੋਜ਼ਿਟਿਵ ਹੋ, ਸੋਸ਼ਲ ਮੀਡੀਆ ਤੇ ਲੋਕਾਂ ਨੂੰ ਹਸਾਉਂਦੇ ਹੋਗੇ, ਤੇ ਕਿੰਨੀ ਚੰਗੀ ਗੱਲ ਹੈ। ਧੰਨਵਾਦ ਕਰਦਾ ਜੀ, ਮੈਂ ਤਾਂ ਇੰਸਟਾਗ੍ਰਾਮ ਵਾਲਿਆਂ ਦਾ ਬਹੁਤ ਬਹੁਤ, ਤੁਹਾਡਾ ਵੀ ਨਾਲ। ਉਦੋਂ ਤਾਂ 10-10 ਦਿਨ ਪਹਿਲਾਂ ਹਲਵਾਈ ਲਾ ਲੈਂਦੇ ਸੀਗੇ। ਮੇਰੀ ਉਮਰ 42 ਸਾਲ ਦੀ ਆ ਜੀ, 1984 ਦਾ ਜਨਮ ਹੈ ਜੀ ਮੇਰਾ। 84 ਦੇ ਹੋ ਤੁਸੀਂ? ਹਾਂਜੀ। ਫਿਰ ਤਾਂ ਤੁਸੀਂ ਉਹ ਸਾਰਾ ਸਮਾਂ ਵੀ ਦੇਖਿਆ ਹੋਊਗਾ 84 ਵਾਲਾ। ਨਹੀਂ ਜੀ, ਉਦੋਂ ਦਾ ਕੀ ਸੋਚ, ਬਹੁਤ ਛੋਟੇ ਸੀ, ਮਤਲਬ ਘਰਦਿਆਂ ਨੇ ਦੱਸਿਆ ਹੋਣਾ ਕਿੱਦਾਂ ਦੇ ਹਾਲਾਤ ਸੀਗੇ, ਕਿਵੇਂ ਉਦੋਂ ਦੇਖਿਆ ਉਹਨਾਂ ਨੇ ਮਾਹੌਲ? ਹਾਂਜੀ, ਉਹ ਦੱਸਦੇ ਸੀਗੇ ਵੀ ਲਾਈਟਾਂ ਲੂਟਾਂ ਬੰਦ ਕਰ ਦਿੰਦੇ ਸੀ ਜਦੋਂ ਐਤਵਾਰ ਫੈਲੀ ਸੀ, ਤੇ ਘਰੇ ਕੋਈ ਲਾਈਟ ਨਹੀਂ ਸੀ ਜਗਣ ਦਿੰਦੇ। ਅੱਛਾ। ਵੀ ਕਿਤੇ ਪਿੰਡ ਦਾ ਪਤਾ ਨਾ ਲੱਗ ਜੇ ਵੀ ਐਤਵਾਰ ਕਹਿਣ, ਕੁਛ ਵੀ ਕਰ ਸਕਦੇ ਆ। ਮਨ ਜਾ ਉਦਾਸ ਤਾਂ ਨੀ ਹੁੰਦਾ ਕਦੇ ਦੀਦੀ? ਮਨ ਤਾਂ ਫਿਰ ਜਦੋਂ ਆਪਦੇ ਪਿੱਛੇ ਬੱਚਿਆਂ ਲਈ ਦੇਖੀ ਜਾਵੇ, ਮੇਰੇ ਬੱਚੇ ਇੰਨੇ ਮੁੱਕ ਗਏ, ਉਦੋਂ ਫਿਰ ਮਨ ਉਦਾਸ ਹੁੰਦਾ ਹੈ, ਤੇ ਉਦੋਂ ਫਿਰ ਆਪਦੇ ਪਰਿਵਾਰ ਤੋਂ ਪਾਸੇ ਹੋ ਕੇ ਪੈ ਜਾਈਦਾ ਹੈ, ਤੇ ਉਹਦੇ ਤਾਂ ਕਈ ਵਾਰੀ ਰੋਟੀ ਵੀ ਨਹੀਂ ਚੇਤੇ ਆਉਂਦੀ ਵੀ ਖਾ ਲਈ। ਗੋਰੇ ਦਾ ਕੋਈ ਸੁਪਨਾ ਹੋਵੇ ਜਿਹੜਾ ਉਹਨੇ ਸੋਚਿਆ ਹੋਵੇ ਮੈਂ ਜ਼ਿੰਦਗੀ 'ਚ ਪੂਰਾ ਕਰਨਾ? ਸੁਪਨਾ ਤਾਂ ਮੇਰੀ ਗੁੱਡੀ ਦਾ ਹੀ ਹੈ ਜੀ, ਇਕੱਲਾ ਮੇਰੇ ਬਸ, ਉਹੀ ਮੇਰੀ ਧੀ ਆ ਤੇ ਉਹੀ ਮੇਰਾ ਪੁੱਤ ਆ ਬਸ। ਵੀ ਮੈਨੂੰ ਇਹ ਜਦੋਂ ਜੰਮੀ ਸੀਗੀ ਮੈਂ ਪੋਤੀ ਬਣਾਇਆ ਸੀਗਾ। ਅੱਛਾ। ਤੇ ਹੁਣ ਮੇਰਾ ਇਹੀ ਇਰਾਦਾ ਸੀਗਾ ਮੈਂ
ਸਹੁਰੇ ਵੀ ਕਿਹਾ ਸੀ, ਮੈਂ ਕਿਹਾ ਜਦੋਂ ਮੇਰੀ ਕੁੜੀ ਵਿਆਹੀ ਮੈਂ ਗੱਡੀ ਦੇਣੀ ਦੇਣੀ, ਭਾਵੇਂ ਮੈਂ ਆਪਦਾ ਮੋਹਾ ਕੂੜਾ ਸੁੱਟ ਕੇ ਦੇ ਦਿਆਂ, ਭਾਵੇਂ ਮੈਂ ਮਿਹਨਤ ਕਰਕੇ ਦੇ ਦਾਂ ਜਿਵੇਂ ਮਰਜ਼ੀ। ਮੈਡਮ ਮੈਂ ਇੰਸਟਾਗ੍ਰਾਮ ਤੇ ਬੋਲੀਆਂ ਪਾਉਂਦਾ ਹੁੰਦਾ ਸੀ ਤੇ ਉਸ ਦਿਨ ਮੈਨੂੰ ਬੋਲੀ ਨਾ ਕੋਈ ਚੇਤੇ ਆਈ ਤੇ ਘਰ ਵੀ ਹੈ ਨੀ ਸੀਗਾ ਕੋਈ। ਅੱਛਾ। ਤੇ ਫਿਰ ਮੈਂ ਇਸ਼ਨਾਨ ਕਰਕੇ ਤੇ ਰੈਡੀ ਹੋ ਕੇ ਫਿਰ ਮੈਂ ਜਾਮਣਾ ਖਾਣ ਲੱਗਾ ਸੀ, ਲੂਣ ਪਾ ਕੇ ਤੇ ਮੇਰਾ ਜਾਮਣਾ ਵਾਲਾ ਥਾਲ ਪਿਆ ਹੀ ਸੀ ਤੇ ਉਹਦੇ ਕਰਕੇ ਤੇ ਮੈਨੂੰ ਬੋਲੀ ਦਾ ਕੋਈ ਚੇਤੇ ਨੀ ਆਈ। ਫਿਰ ਮੈਨੂੰ ਜਾਮਣਾ ਹੀ ਆ ਗਈ ਚੇਤੇ, ਮੈਂ ਕਿਹਾ ਵੀ ਇਹਨੂੰ ਕਿਸੇ ਨੂੰ ਸੂਹੇ ਤੇ ਬੁਲਾਈਏ ਆਪਾਂ ਵੀ ਜਾਮਣਾ ਖਾ ਲਾਂਗੇ। ਅੱਛਾ। ਹਾਂਜੀ, ਉਸੇ ਕਰਕੇ ਮੈਂ ਬਾਹਰ ਚੀ ਖੜ ਕੇ ਤੇ ਵੀਡੀਓ ਪਾਤੀ, ਉਹ ਸਾਰਿਆਂ ਨੇ ਵੇਖ ਲਈ ਤੇ ਵਾਇਰਲ ਹੋ ਗਈ। ਨਹੀਂ ਭੈਣ ਜੀ, ਮੇਰੇ ਵੱਲੋਂ ਤਾਂ ਇੱਕ ਇਹ ਜਿਵੇਂ ਕਹਿ ਲੋ ਵੀ ਬੋਲੀਆਂ ਹੀ ਆ, ਜਿਵੇਂ ਮੇਰੀ ਵਾਲੀਆ ਨੂੰ ਅਟੈਚ ਕਰ ਗਿਆ ਇਸਦਾ ਤੇ ਕਮੇਡੀ ਆ, ਮੈਂ ਤਾਂ ਪੇਸ਼ ਕਰਦਾ, ਮੇਰੇ ਕੋਈ ਵੈਰ ਦੁਸ਼ਮਣ ਨਹੀਂ ਹੈ ਕੋਈ ਕਿਸ ਹੈ ਨੀ ਹੈਗਾ। ਅੱਛਾ, ਤੇ ਫਿਰ ਉਹ ਆਟੇ ਚ ਪਾਣੀ ਪਾਉਣ ਵਾਲੀ ਗੱਲ ਦਾ ਮੈਨੂੰ ਮਤਲਬ ਸਮਝਾਓ। ਲੋਕੀ ਡਰੇ ਕਹਿੰਦੇ, ਕਮੈਂਟ ਕਰਦੇ ਕਹਿੰਦੇ ਵੀਰੇ ਯਾਰ ਕੀ ਕਹੇ, ਆਟੇ ਚ ਪਾਣੀ ਪਾਉਣ ਵਾਲੀ ਤਾਂ ਗੱਲ ਹੀ ਨੀ ਸੀਗੀ, ਕੀ ਚੱਕਰ ਕੀ ਪੈ ਗਿਆ ਇਹ? ਵੀਰ ਜੀ, ਮੈਂ ਵਾਰੀ ਵਾਰੀ ਤਾਂ ਫਰਮਾਉਣਾ ਚਾਹੁੰਦਾ ਨੀ, ਮੇਰੀ ਆਪਣੀ ਕਮੇਡੀ ਆ ਇਹ। ਮੈਂ ਤਾਂ ਇੱਕ ਵੈਸੇ ਡਾਇਲੋਗ ਹੀ ਛੱਡੇ ਸੀਗੇ ਤੇ ਮੈਨੂੰ ਨਾਲ ਦੇ ਮੁੰਡੇ ਪੜ੍ਹੇ ਲਿਖੇ ਕਹਿਣ ਲੱਗ ਗਏ ਵੀ ਤੂੰ ਡਾਇਲੋਗ ਹੀ ਮਾਰਿਆ ਕਰ, ਬੋਲੀਆਂ ਨੂੰ ਛੱਡ ਦੇ। ਇਸ ਕਰਕੇ ਫਿਰ ਮੈਂ ਡਾਇਲੋਗ ਤੇ ਆ ਗਿਆ ਤੇ ਉਹਦੇ ਕਰਕੇ ਮੈਂ ਸਕੂਲ ਚ ਵੀ ਮੈਨੂੰ ਪੜ੍ਹੇ ਲਿਖੇ ਮੁੰਡੇ ਲਿਜਾਣ ਲੱਗ ਗਏ ਜਿਮ ਚ ਵੀ। ਅੱਛਾ। ਉੱਥੇ ਜਾ ਕੇ ਕੋਈ ਐਪਲ ਦਾ ਫੋਨ ਆ, ਉਹਦੇ ਤੇ ਐਡਿਟ ਉਡ ਕਰਕੇ ਵੀਡੀਓ ਪਾਉਂਦੇ ਆ, ਉਹ ਕਹਿੰਦੇ ਵੀ ਤੂੰ ਡਾਇਲੋਗ ਹੀ ਮਾਰ। ਉਹਦੇ ਕਰਕੇ ਫਿਰ ਮੈਂ ਕਿਸੇ ਨੂੰ ਸੱਦਿਆ ਸੀਗਾ ਵੀ ਜਾਂ ਕੋਈ ਜਿਵੇਂ ਪਰਫਿਊਮ ਵਾਲੀ ਵੀਡੀਓ ਕਹਿ ਦਿਓ, ਉਹ ਕਿਸੇ ਪੁਲਿਸ ਮੁਲਾਜ਼ਮ ਨੇ ਮੈਨੂੰ ਕਮੈਂਟ ਕੀਤਾ ਸੀ ਗਾਲ ਕੱਢ ਕੇ, ਉਹਨੂੰ ਫਿਰ ਮੈਂ ਸਿੱਧਾ ਗਾਲ ਤਾਂ ਮੈਂ ਨਹੀਂ ਕੱਢੀ ਸਕਿਆ, ਮੈਂ ਕਿਹਾ ਵੀ ਮੈਸੇਜ ਕੀਤਾ ਚਲੋ ਭਰਾ ਨੇ ਬਹੁਤ ਧੰਨਵਾਦ ਆ, ਮੈਂ ਤਾਂ ਗਾਲ ਦਾ ਵੀ ਧੰਨਵਾਦ ਕਰਦਾ। ਤੇ ਉਹਨੂੰ ਫਿਰ ਮੈਂ ਕਿਹਾ ਸੀ, ਮੈਂ ਕਿਹਾ ਵੀ ਜਦੋਂ ਸਾਡੇ ਤੇ ਜਵਾਨੀ ਸੀ ਨਾ, ਅਸੀਂ ਤੇਰੇ ਜਿੰਨਾ ਚ ਨਹਾਉਣਾ ਉਨੇ ਉਹਨਾਂ ਤਾਂ ਅਸੀਂ ਪਰਫਿਊਮ ਹੀ ਛਿੜਕ ਲੈਂਦੇ ਸੀਗੇ। ਮੇਰਾ ਕੋਈ ਸਹਾਰਾ ਬਣ ਜੇ, ਕੋਈ ਇੱਕ ਗੁੱਡੀ ਆ, ਕੋਈ ਮਾੜਾ ਮੋਟੇ ਆਮਦਨ ਆਉਣ ਲੱਗ ਜੇ, ਇਸੇ ਕਰਕੇ ਮੈਂ ਪਾਉਣ ਲੱਗ ਗਿਆ ਵੀਡੀਓ। ਚਲੋ, ਰਹੀ ਗੱਲ ਹਾਸੇ ਖੇਡੇ ਦੀ ਤਾਂ ਪਹਿਲਾਂ ਆਪਾਂ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ। ਗੋਰਾ ਜੀ, ਤੁਸੀਂ ਕੀ ਕਰਦੇ ਹੋ, ਕੰਮ ਕਾਰ ਕੀ ਹੈ ਤੁਹਾਡਾ? ਕੰਮ ਵੀਰੇ ਸਾਡਾ ਹੈਗਾ ਦੋਨਾਂ ਜੀਆਂ ਦਾ ਜ਼ਿਮੀਂਦਾਰਾਂ ਤੇ ਤਿੰਨ ਘਰ ਆ ਸਾਡੇ ਕੋਲੇ। ਅੱਛਾ। ਤੇ ਹਾਂਜੀ, ਤਿੰਨ ਤਿੰਨ ਕੁ ਹਜ਼ਾਰ ਰੁਪਇਆ ਸਾਨੂੰ ਦੋ ਜੀਆਂ ਨੂੰ ਦੇ ਦਿੰਦੇ ਆ, 9,000 ਰੁਪਇਆ ਮਹੀਨਾ ਵਾਂਗ। ਗੋਹਾ ਕੂੜਾ ਸਾਰਾ ਉਹ ਤੁਸੀਂ ਕਰਦੇ ਹੋ? ਹਾਂਜੀ ਹਾਂਜੀ ਹਾਂਜੀ। ਅੱਛਾ, ਤੇ ਫਿਰ ਹੋਰ ਪਰਿਵਾਰ ਦੇ ਵਿੱਚ ਕੌਣ, ਬੱਚੇ ਤੁਹਾਡੇ ਕਿੰਨੇ ਆ? ਮੇਰੀ ਗੁੱਡੀ ਆ ਜੀ 10-11 ਸਾਲ ਦੀ। ਠੀਕ ਹੈ। ਤਿੰਨ ਕੁ ਬੱਚੇ ਮੁੱਕ ਗਏ ਸੀਗੇ, ਡੈਥ ਹੋ ਗਈ ਸੀ। ਅੱਛਾ, ਮਤਲਬ ਜਨਮ ਤੋਂ ਬਾਅਦ ਹੀ? ਜਨਮ ਤੋਂ ਬਾਅਦ ਹੀ ਮੁੱਕ ਗਿਆ ਜੀ। ਅੱਛਾ, ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਅਚਾਨਕ ਬੱਚੇ ਐਡੇ ਪਾਲੇ ਹੋਣ ਤੇ। ਹਾਂਜੀ ਹਾਂਜੀ। ਇਸ ਤਰ੍ਹਾਂ ਕੋਈ ਕਾਰਨ ਬਣ ਗਿਆ ਸੀ, ਬਿਮਾਰੀ ਸੀਗੀ ਕੋਈ? ਦੋ ਮੇਰੇ ਲੜਕੇ ਗੁਜਰੇ ਆ ਜੀ, ਇੱਕ ਗੁੱਡੀ ਮੁੱਕੀ ਆ। ਤੇ ਗੋਰਾ ਜੀ, ਤੁਹਾਡੇ ਚ ਤਾਂ ਹੌਸਲਾ ਬਹੁਤ ਹੈ, ਇੰਨੀਆਂ ਚੀਜ਼ਾਂ ਹੋ ਗਈਆਂ ਤੇ ਤੁਸੀਂ ਫਿਰ ਵੀ ਇੰਨੇ ਪੋਜ਼ਿਟਿਵ ਹੋ, ਸੋਸ਼ਲ ਮੀਡੀਆ ਤੇ ਲੋਕਾਂ ਨੂੰ ਹਸਾਉਂਦੇ ਹੋਗੇ, ਤੇ ਕਿੰਨੀ ਚੰਗੀ ਗੱਲ ਹੈ। ਧੰਨਵਾਦ ਕਰਦਾ ਜੀ, ਮੈਂ ਤਾਂ ਇੰਸਟਾਗ੍ਰਾਮ ਵਾਲਿਆਂ ਦਾ ਬਹੁਤ ਬਹੁਤ, ਤੁਹਾਡਾ ਵੀ ਨਾਲ ਵੀ ਮੈਨੂੰ ਤੁਸੀਂ ਆਏ ਆ ਆਪਦੇ ਪਿੰਡੋਂ ਮਿਲਣ
ਵੀਡੀਓ ਬਣਾਉਣ। ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਵੀ ਨਾਲ ਤੇ ਇੰਸਟਾਗ੍ਰਾਮ ਵਾਲਿਆਂ ਦਾ ਵੀ, ਬਹੁਤ ਬਹੁਤ ਸ਼ੁਕਰੀਆ ਜਿਹੜਾ ਮੈਨੂੰ ਇੱਥੋਂ ਮੁਕਾਮ ਤੀਕਰ ਪਹੁੰਚਾਤਾ ਇਹਨਾਂ ਨੇ। ਇੰਸਟਾਗ੍ਰਾਮ ਤੁਸੀਂ ਕਿਵੇਂ ਚਲਾਇਆ, ਕਿਹਨੇ ਤੁਹਾਨੂੰ ਦੱਸਿਆ ਇਹਦੇ ਬਾਰੇ? ਮੈਡਮ ਆਈ ਮੈਂ ਜਿਮੀਦਾਰਾਂ ਤੋਂ ਪੈਸੇ ਫੜ ਕੇ ਟੱਚ ਫੋਨ ਲੈ ਲਿਆ ਤੇ ਮੈਂ ਬੋਲੀਆਂ ਪਾਉਣ ਲੱਗ ਗਿਆ। ਅੱਛਾ। ਜਦੋਂ ਵੀਡੀਓ ਲੋਕਾਂ ਦੀਆਂ ਵੇਹਦਾ ਹੁੰਦਾ ਸੀ ਵੀਡੀਓ, ਮੈਂ ਕਿਹਾ ਵੀ ਦੂਜੇ ਵੀ ਲੱਗੇ ਪਏ, ਆਪਾਂ ਵੀ ਬੋਲੀਆਂ ਪਾ ਕੇ ਵੇਖ ਲਈਏ ਵੀ ਆਪਾਂ ਨੂੰ ਘੱਟ ਤੋਂ ਘੱਟ 400 ਬੋਲੀ ਆਉਂਦੀ ਆ। ਅੱਛਾ। ਹਾਂਜੀ। ਇਹ ਬੋਲੀਆਂ ਕਿੱਥੋਂ ਸਿੱਖੀਆਂ ਤੁਸੀਂ, ਕਿਤੇ ਗਾਉਂਦੇ ਹੋ ਬੋਲੀਆਂ ਕਿ? ਨਹੀਂ ਭੈਣ ਜੀ, ਮੈਨੂੰ ਮੇਰੀ ਦਾਦੀ ਪੜਦਾਦੀ ਕੋਲੇ ਬਹਾਉਂਦੇ ਹੁੰਦੇ ਸੀਗੇ। ਅੱਛਾ। ਤੇ ਮਾਂ ਦੇ ਕੋਲੇ ਬਹਿੰਦਾ ਰਿਹਾ ਮੈਂ, ਉਹਨਾਂ ਤੋਂ ਸਿੱਖਦਾ ਰਿਹਾ, ਜਿਵੇਂ ਦੋਹੇ ਗਾਉਂਦੀਆਂ ਹੁੰਦੀਆਂ ਸੀ ਬਰਾਣੀਆਂ ਬੁੜੀਆਂ। ਅੱਛਾ। ਹਾਂਜੀ। ਤੇ ਉਦੋਂ ਤਾਂ 10-10 ਦਿਨ ਪਹਿਲਾਂ ਹਲਵਾਈ ਲਾ ਲੈਂਦੇ ਸੀਗੇ। ਮੇਰੀ ਉਮਰ 42 ਸਾਲ ਦੀ ਆ ਜੀ, 1984 ਦਾ ਜਨਮ ਹੈ ਜੀ ਮੇਰਾ। 84 ਦੇ ਹੋ ਤੁਸੀਂ? ਹਾਂਜੀ ਹਾਂਜੀ। ਫਿਰ ਤਾਂ ਤੁਸੀਂ ਉਹ ਸਾਰਾ ਸਮਾਂ ਵੀ ਦੇਖਿਆ ਹੋਊਗਾ 84 ਵਾਲਾ। ਨਹੀਂ ਜੀ, ਉਦੋਂ ਦਾ ਕੀ ਸੋਚ, ਬਹੁਤ ਛੋਟੇ ਸੀ ਮਤਲਬ, ਘਰਦਿਆਂ ਨੇ ਦੱਸਿਆ ਹੋਣਾ ਕਿੱਦਾਂ ਦੇ ਹਾਲਾਤ ਸੀਗੇ, ਕਿਵੇਂ ਉਦੋਂ ਦੇਖਿਆ ਉਹਨਾਂ ਨੇ ਮਾਹੌਲ? ਹਾਂਜੀ, ਉਹ ਦੱਸਦੇ ਸੀਗੇ ਵੀ ਲਾਈਟਾਂ ਲੂਟਾਂ ਬੰਦ ਕਰ ਦਿੰਦੇ ਸੀ ਜਦੋਂ ਐਤਵਾਰ ਖੜੀ ਸੀ, ਤੇ ਘਰੇ ਕੋਈ ਲਾਈਟ ਨਹੀਂ ਸੀ ਜਗਣ ਦਿੰਦੇ। ਅੱਛਾ। ਵੀ ਕਿਤੇ ਪਿੰਡ ਦਾ ਪਤਾ ਨਾ ਲੱਗ ਜੇ ਵੀ ਐਤਵਾਰੀਆਂ ਨੂੰ ਵੀ ਕੁਛ ਕੁਛ ਵੀ ਕਰ ਸਕਦੇ ਆ। ਠੀਕ ਹੈ। ਤਾਂ ਤੁਸੀਂ ਬੋਲੀਆਂ ਦੀ ਗੱਲ ਕਰ ਰਹੇ ਸੀਗੇ ਤੇ ਮੈਂ ਹੁਣ ਸੁਣਨ ਤੋਂ ਤਾਂ ਰਹਿ ਨਹੀਂ ਸਕਦੀ। ਹਾਂਜੀ। ਤੇ ਹੁਣ ਤੁਸੀਂ ਇੱਕ ਬੋਲੀ ਮੈਨੂੰ ਕਮਾਲ ਦੀ ਸੁਣਾ ਦਿਓ। ਸੁਣੋ ਭੈਣ ਜੀ, ਮੈਂ ਇੱਕ ਬੋਲੀ ਤੁਹਾਨੂੰ ਸੁਣਾਉਣ ਲੱਗਿਆ। ਇਹ ਕਹਿੰਦਾ ਵਾਰੀ ਵਾਰੀ ਵਰਸੀ ਖੱਟਣ ਗਿਆ ਸੀ, ਵਾਰੀ ਵਾਰੀ ਵਰਸੀ ਖੱਟਣ ਗਿਆ ਸੀ, ਖੜ ਕੇ ਲਿਆਂਦਾ ਪੀਂਦਾ ਨੀ ਬੇਬੇ ਨਾ ਮਾਰੀ, ਹੁਣ ਨੀ ਬੀੜੀਆਂ ਪੀਂਦਾ ਨੀ ਬੇਬੇ ਨਾ ਮਾਰੀ, ਹੁਣ ਨੀ ਬੀੜੀਆਂ ਪੀਂਦਾ। ਘਰੋਂ ਲੋਕ ਸਾਡੇ ਵਰਗਿਆਂ ਦੇ ਛਿੱਤਰ ਪੈਂਦੇ ਰਹੇ ਆ, ਬੀੜੀਆਂ ਨੇ ਮੰਨ ਲਓ ਫਿਰ ਵੀ ਨੀ ਸੀ ਹਟਦੇ ਜਾਣਾ। ਨਹੀਂ, ਬੀੜੀਆਂ ਫਿਰ ਤੁਸੀਂ ਲੈ ਕੇ ਜਾਂਦੇ ਹੁੰਦੇ? ਨਹੀਂ ਭੈਣ ਜੀ, ਮੈਂ ਨੀ ਪੀਂਦਾ। ਅੱਛਾ। ਤੇ ਮੇਰੇ ਯਾਰ ਦੋਸਤ ਜਿੰਨੇ ਮਾਲ ਚਾਰਦੇ ਸੀਗੇ, ਹਾਂਜੀ, ਮੰਝਾਂ ਚਾਰਦੇ ਨਿੱਕੇ ਨਿੱਕੇ, ਤੇ ਲੈ ਜਾਂਦੇ ਸੀਗੇ, ਉਦੋਂ ਚੋਰੀ ਨਾਲ ਮਾਂ ਚੁੱਕ ਲੈਣਾ, ਉਦੋਂ ਕੋਈ ਨੀ ਸੀ ਕੁਛ ਕਹਿੰਦਾ। ਅੱਛਾ। ਹਾਂਜੀ। ਸੋਨੂੰ ਸੀਤੋ ਵਾਲੇ ਨਾਲ ਕੀ ਰੌਲਾ? ਮੈਡਮ ਮੇਰਾ ਕੋਈ ਰੌਲਾ ਨੀ, ਮੈਂ ਆਪਣੇ ਕਿਹੜਾ ਕੋਈ ਮੰਗਣਾ ਆਉਂਦਾ ਜਾਂ ਕੋਈ ਮੈਂ ਜਾਂਦਾ ਉਹਦੇ ਘਰੇ। ਸੀਤੋ ਵਾਲੇ ਨਾਲ ਆਪਣਾ ਕੋਈ ਰੌਲਾ ਨੀ, ਮੈਂ ਤਾਂ ਧੰਨਵਾਦ ਕਰਦਾ ਬਾਈ ਸੀਤੋ ਵਾਲੇ ਦਾ ਵੀ, ਬਹੁਤ ਬਹੁਤ ਸ਼ੁਕਰੀਆ। ਕਿਵੇਂ ਲੱਗਦਾ ਤੁਹਾਨੂੰ ਸੀਤੋ ਵਾਲਾ ਬਾਈ? ਠੀਕ ਹੈ ਵੀਰੇ, ਠੀਕ ਆ, ਉਹ ਆਪਣੀ ਥਾਂ ਤੇ ਜਗ੍ਹਾ ਤੇ ਠੀਕ ਆ। ਹਾਂਜੀ, ਮੈਂ ਆਪਾਂ ਕਿਸੇ ਨੂੰ ਨੀ ਮਾੜਾ ਕਹਿੰਦੇ ਜੀ, ਆਪਾਂ ਆਪਣੇ ਲਈ ਤਾਂ ਸਾਰੇ, ਜਿਹੜੇ ਮੈਨੂੰ ਗਾਲਾਂ ਕੱਢਦੇ ਉਹ ਵੀ ਸਹੀ ਆ, ਜਿਹੜੇ ਮੈਨੂੰ ਗੰਦੇ ਗੰਦੇ ਕਮੈਂਟ ਕਰਦੇ ਉਹ ਵੀ ਮੈਨੂੰ ਤਾਂ ਸਹੀ ਆ, ਮੈਂ ਤਾਂ ਖੰਡ ਕਿਉਂ ਵਰਗੀਆਂ ਹੀ ਲੱਗਦੀਆਂ ਜੀ ਬਸ। ਹਾਂਜੀ। ਚਲੋ, ਤੁਸੀਂ ਪਿੰਡ ਦੇ ਵਿੱਚ ਬਾਹਰ ਅੰਦਰ ਜਾਂਦੇ ਹੋ ਤਾਂ ਹੁਣ ਤਾਂ ਪਿੰਡ ਚ ਪੂਰੀ ਪਛਾਣ ਬਣ ਗਈ ਹੋਣੀ ਵੀ ਗੋੜਾ? ਹਾਂਜੀ ਹਾਂਜੀ, ਪਿੰਡ ਦੀ ਪੂਰੀ ਸਪੋਰਟ ਆ ਜੀ, ਮੈਨੂੰ ਘਰੋਂ ਸਪੋਰਟ ਹੈ ਜੀ। ਅੱਛਾ। ਹਾਂਜੀ। ਘਰ ਦੇ ਰੋਕਦੇ ਨੇ? ਘਰ ਦੇ ਰੋਕਦੇ ਜੀ। ਅੱਛਾ। ਤੇ ਕਈ ਵਾਰ ਜਿਵੇਂ ਹੁਣ ਤੁਸੀਂ ਕਈ ਵਾਰ ਕੋਈ ਵੀਡੀਓਸ ਪਾ ਦਿੰਦੇ ਹੋ, ਜਿਵੇਂ ਹੁਣ ਕਈ ਵੀਡੀਓ ਤੁਸੀਂ ਆਪਣੀ ਪਰਸਨਲ ਲਾਈਫ ਦਾ ਵੀ ਜ਼ਿਕਰ ਕੀਤਾ, ਉਹਦੇ ਨਾਲ ਤੁਹਾਡੀ ਮਤਲਬ ਕਹਿ ਲਈਏ ਵੀ ਵਾਈਫ ਨਾਲ ਜਾਂ ਕਦੇ ਕੋਈ ਪ੍ਰੋਬਲਮ ਤਾਂ ਨਹੀਂ ਆਈ? ਕੋਈ ਲੜੇ ਲੜੇ ਤਾਂ ਨਹੀਂ ਹੋ ਤੁਹਾਡੇ ਨਾਲ? ਨਹੀਂ, ਲੜਨ ਵਾਲੇ ਮੈਡਮ ਹੈ ਨਹੀਂ ਗਏ ਮੇਰੇ। ਅੱਛਾ। ਹਾਂਜੀ, ਠੀਕ ਹੈ, ਸਹੀ ਹੈ। ਤੇ ਇੰਸਟਾਗ੍ਰਾਮ ਤੇ ਫਿਰ ਵੀਡੀਓ ਵਗੈਰਾ ਕਿਵੇਂ ਪਾਉਂਦੇ ਹੋ? ਤੁਹਾਨੂੰ ਆਉਂਦਾ ਚਲਾਉਣਾ ਸਾਰਾ? ਫੋਨ ਕਿਵੇਂ ਕਰਦੇ ਹੋ ਸਾਰਾ ਬਣਾਉਂਦੇ? ਕੈਮਰੇ ਤੇ ਵੀਡੀਓ ਪਾ ਕੇ ਸਿੱਧੀ ਕੋਈ ਚੜਾ ਦਿੰਦੇ ਆ ਜੀ, ਨਾ ਕੋਈ ਮੈਨੂੰ ਟੈਗ ਲਾਉਣਾ ਆਉਂਦਾ, ਨਾ ਕੋਈ ਮੈਨੂੰ ਟੈਗ, ਹਾਂਜੀ ਹਾਂਜੀ, ਕੁਛ ਨੀ ਕਰਨਾ ਆਉਂਦਾ, ਤੇ ਸਿੱਧੀ ਕੈਮਰੇ ਤੇ ਪਾ ਕੇ, ਕੈਮਰੇ ਤੋਂ ਯੂਟਿਊਬ ਤੇ ਚੜਾਤੀ, ਫੇਸਬੁੱਕ ਤੇ ਚੜਾਤੀ। ਮੈਂ ਧੰਨਵਾਦ ਕਰਦਾ ਵੀ ਯੂਟਿਊਬ ਤੇ ਇੰਸਟਾ ਫੇਸਬੁੱਕ ਨੂੰ ਵੀ ਮੈਨੂੰ ਲਾਈਕ ਕਰੋ ਤੇ ਫੋਲੋ ਕਰੋ। ਮਨ ਜਾ ਉਦਾਸ ਤਾਂ ਨੀ ਹੁੰਦਾ ਕਦੇ ਦੀਦੀ? ਮਨ ਤਾਂ ਫਿਰ ਜਦੋਂ ਆਪਦੇ ਪਿੱਛੇ ਬੱਚਿਆਂ ਦੀ ਦੇਖੀ ਦਾ ਵੀ ਮੇਰੇ ਬੱਚੇ ਇੰਨੇ ਮੁੱਕ ਗਏ, ਉਦੋਂ ਫਿਰ ਮਨ ਉਦਾਸ ਹੁੰਦਾ ਹੈ, ਉਦੋਂ ਫਿਰ ਆਪਦੇ ਪਰਿਵਾਰ ਤੋਂ ਪਾਸੇ ਹੋ ਕੇ ਪੈ ਜਾਈਦਾ ਹੈ, ਤੇ ਉਹਦੇ ਤਾਂ ਕਈ ਵਾਰੀ ਰੋਟੀ ਵੀ ਨਹੀਂ ਚੇਤੇ ਆਉਂਦੀ ਵੀ ਖਾ ਲਈ, ਮੈਂ ਖਾਧੀ ਨੀ। ਔਖਾ ਲੱਗਦਾ ਨਾ, ਬਹੁਤ ਔਖਾ, ਟਿੱਡੋ ਜੰਮੇ ਤੋਰਨੇ ਸੌਖੇ ਥੋੜੀ ਦੇ। ਸਹੀ ਹੈ ਜੀ, ਸਹੀ ਹੈ। ਫਿਟਨੈਸ ਬਹੁਤ ਰੱਖੀ ਹੋਈ ਹੈ ਤੁਸੀਂ, ਇੰਨੇ ਫਿਟ ਕਿਵੇਂ ਹੋ, ਖਾਂਦੇ ਕੀ ਹੋ ਤੁਸੀਂ ਇਹੋ ਜਿਹਾ? ਫਿਟਨੈਸ ਦੀਦੀ ਇਹ ਬਚਪਨ ਤੋਂ ਹੀ ਮੇਰੇ ਨਾ ਪ੍ਰੋਬਲਮ ਆ ਹਾਰਟ ਦੀ। ਹਾਰਟ ਦੀ? ਹਾਂਜੀ ਹਾਂਜੀ, ਦਿਲ ਚ ਸਰਾਖ ਆ, ਤੇ ਤਾਂ ਕਰਕੇ ਅਸੀਂ ਦੋਨੇ ਜੀ ਕੰਮ ਕਰਦੇ ਹਾਂ।
ਓਕੇ ਤੇ ਫਿਰ ਇਹਦਾ ਕੋਈ ਇਲਾਜ ਕੁਝ ਪੋਸੀਬਲ ਨਹੀਂ ਹੋਇਆ? ਨਹੀਂ ਮੈਮ, ਪੈਸਾ ਮੈਨੂੰ ਇਲਾਜ ਵਾਲੇ ਆਂਦੇ ਸੀ, ਕਹਿੰਦੇ 5 ਲੱਖ ਦਾ ਕੋਲੇ ਜਰੂਰੀ ਚਾਹੀਦਾ ਤੇ ਉਹ ਕਾਰਡ ਬਣਿਆ ਹੋਵੇ ਤੇ ਫਿਰ ਉਹ ਕਰਨਗੇ। 5-7-6 ਲੱਖ ਕਹਿੰਦੇ ਸੀਗੇ ਜਰੂਰੀ ਆ। ਤੁਸੀਂ ਕਾਰਡ ਬਣਾਇਆ ਨੀਗਾ? ਨਹੀਂ ਦੀਦੀ, ਫਿਰ ਮੈਂ ਆਪਣੇ ਕੋਲੇ ਜਿਹੜੇ ਨਗਦ ਕੈਸ਼ ਚਾਹੀਦਾ 5-6 ਲੱਖ ਉਹ ਵੀ ਹੈ ਨੀਗਾ। ਬਿਲਕੁਲ ਆਮ ਬੰਦੇ ਲਈ ਬਹੁਤ ਔਖਾ ਹੈਗਾ, ਤਾਂ ਥੋੜਾ ਜਿਹਾ ਇਹ ਜ਼ਰੂਰ ਹੋਵੇ ਕਿ ਫੈਸਿਲਿਟੀਆਂ ਜ਼ਰੂਰ ਦਿੱਤੀਆਂ ਜਾਣ। ਪਹਿਲਾਂ ਡਾਕਟਰ ਨਾ ਬੰਦੇ ਨੂੰ ਐਡਮਿਟ ਕਰਨ ਵੇਲੇ, ਸੀਰੀਅਸ ਬੰਦੇ ਨੂੰ ਪਹਿਲਾਂ ਕਹਿ ਦਿੰਦੇ ਨੇ ਤੁਸੀਂ ਆਪਰੇਸ਼ਨ ਦੇ ਪੈਸੇ ਭਰ ਕੇ ਆਓ, ਗਰੀਬ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ। ਮੈਂ ਨਾ ਸਾਹਮਣੇ ਤੁਹਾਡੇ ਉਹ ਫੋਟੋ ਦੇਖ ਰਹੀ ਹਾਂ, ਤੁਸੀਂ ਹੋ ਨਾ, ਤੇ ਇਹ ਫੋਟੋ ਕਦੋਂ ਦੀ ਫੋਟੋ ਹੈ ਤੁਹਾਡੀ? ਉਹ ਚ ਤਾਂ ਤੁਸੀਂ ਬੜੇ ਯੰਗ ਲੱਗ ਰਹੇ ਹੋ, ਮੈਂ ਹੈਰਾਨ ਹੋ ਰਹੀ ਹਾਂ ਦੇਖ ਕੇ। ਮੈਨੂੰ ਸਾਡਾ ਵਿਆਹ ਹੋਇਆ ਸੀਗਾ 2014 ਚ, ਤੇ ਇਹ ਉਦੋਂ ਦੀ ਫੋਟੋ ਆਈ ਜਦੋਂ ਸ਼ਗਨ ਵਿਆਹ ਕਰਦੇ ਆ ਉਦੋਂ। ਮੂਵੀ ਵਾਲਾ ਕਹਿੰਦਾ ਵੀ ਐ ਪੋਜ਼ ਬਣਾ ਲਓ। 10 ਸਾਲ ਹੋ ਗਏ ਤਾਂ? ਹਾਂਜੀ ਹਾਂਜੀ, 10 ਸਾਲ ਹੋ ਗਏ। ਠੀਕ ਹੈ, ਤੇ 10 ਸਾਲਾਂ ਦੇ ਵਿੱਚ ਮੈਂ ਹੁਣ ਤੁਹਾਨੂੰ ਵੇਖਾਂ, ਤੁਹਾਡੇ ਚ ਬਦਲਾ, ਚਲੋ ਉਹਦਾ ਠੀਕ ਹੈ, ਉਹਦਾ ਤੁਸੀਂ ਵੀਕ ਹੋ ਗਏ ਹਨਾ ਬਹੁਤ, ਇਹ ਕਿਵੇਂ ਇੰਨਾ ਫਰਕ ਪੈ ਗਿਆ, ਚੱਕਰ ਕੀ ਪਿਆ? ਮੈਡਮ ਮੈਂ ਨਾ ਆਪਦੀ ਵਾਈਫ ਨਾ ਉਹ ਵੀ ਟੈਨਸ਼ਨ ਘਰ ਦੀ ਜ਼ਿਆਦਾ ਲੈਣਾ, ਜਿਵੇਂ ਕੋਈ ਮੰਨ ਕੇ ਚੱਲੋ ਵੀ ਮੇਰੀ ਕੁੜੀ ਦੀ ਜਾਂ ਕੋਈ ਸਰਕਾਰੀ ਸਕੂਲ ਦੀ ਫੀਸ ਆ ਜਾਂ ਕਿਤੇ ਵੀ ਕੋਈ ਘਰ ਦਾ ਖੰਡ ਚਾਹ ਲਿਆਉਣਾ, ਤਾਂ ਕਰਕੇ ਮੈਨੂੰ ਮੈਂ ਘਰ ਦੀ ਟੈਨਸ਼ਨ ਬਹੁਤ ਜ਼ਿਆਦਾ ਲੈਣਾ ਵੀ ਸਾਡੇ ਆਹ ਚੀਜ਼ ਹੈ ਨੀ, ਆਹ ਚੀਜ਼ ਮੈਂ ਲਿਆਉਣੀ, ਇਹਦੇ ਬਿਨਾਂ ਸਰਦਾ ਨੀ, ਤੇ ਉਹਦੀਆਂ ਟੈਨਸ਼ਨਾਂ ਮੈਂ ਵਾਲੀਆਂ ਲੈਣਾ, ਤਾਂ ਕਰਕੇ ਜ਼ਿਆਦਾ ਵੀਕ ਹੋ ਗਿਆ। ਵਿਆਹ ਤੋਂ ਇੱਕ ਬਾਅਦ ਜਦੋਂ ਮੇਰੀ ਦਵਾਈ ਦੇ ਪੈਸੇ ਮੁੱਕ ਜਾਂਦੇ ਮੇਰੇ ਕੋਲੋਂ, ਤੇ 10-10 ਦਿਨ 15-15 ਦਿਨ ਦਵਾਈ ਨੀ ਆਉਂਦੀ, ਅੱਛਾ, ਉਹਦੇ ਕਰਕੇ ਮੈਂ ਜ਼ਿਆਦਾ ਮੰਜੇ ਤੋਂ ਨੀ ਉੱਠਦਾ ਫਿਰ ਜਦੋਂ ਮੇਰੀ ਦਵਾਈ ਖਤਮ ਹੋ ਜਾਂਦੀ। ਅੱਛਾ, ਇਹ ਵੀ ਹੈ, ਮਤਲਬ ਵੀ ਦਵਾਈ ਜੋ ਕਿ ਪੈਸੇ ਵੀ ਨਹੀਂ ਹੁੰਦੇ ਤੁਹਾਡੇ ਕੋਲ, ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ। ਹਾਂਜੀ ਹਾਂਜੀ, ਔਖਾ ਬਹੁਤ ਜ਼ਿਆਦਾ। ਪਰ ਮੈਂ ਇਹ ਸੋਚਦੀ ਹਾਂ ਕਿ ਜਿਵੇਂ ਤੁਸੀਂ ਕਿਹਾ ਕਿ ਵਿਆਹ ਤੋਂ ਬਾਅਦ ਹੀ ਤੁਹਾਨੂੰ ਟੈਨਸ਼ਨ ਜ਼ਿਆਦਾ ਹੋਣ ਲੱਗ ਗਈ। ਹਾਂਜੀ ਹਾਂਜੀ, ਵਿਆਹ ਤੋਂ ਬਾਅਦ ਜ਼ਿਆਦਾ। ਫਿਰ ਮਤਲਬ ਵਿਆਹ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ? ਮੁੰਡੇ ਕੁੜੀਆਂ ਬੈਠੇ ਆ, ਦੱਸ ਦੋ ਥੋੜਾ ਜਿਹਾ, ਫਾਇਦਾ ਹੈ ਜੀ? ਸਰਦਾ ਤਾਂ ਹੈ ਨੀਗਾ, ਵਿਆਹ ਤਾਂ ਜੀ ਜੀਵਨ ਸਾਥੀ ਬਣਿਆ ਹੁੰਦਾ ਜ਼ਿੰਦਗੀ ਚ, ਇਹ ਵਿਆਹ ਬਣਾ ਸਰਦਾ ਨੀ ਹੈਗਾ। ਆਪਣੀ ਜਿਵੇਂ ਆਪਾਂ ਕੱਦੂ ਦਾ ਬੀਜ ਲਾ ਲਈਏ ਤਾਂ ਉਹਦੇ ਤੋਂ ਕਿੰਨੇ ਲੋਕੀ ਖਾਂਦੇ ਆ, ਤੇ ਆਪਣੀ ਜਾਣੀ ਪੀੜੀ ਬਣ ਜਾਂਦੀ ਆ ਜੀ। ਜਿਵੇਂ ਪੰਜਾਬੀ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਆਪਣੀ ਪੀੜੀ ਦਾ ਬੰਦਾ, ਉਵੇਂ ਫਿਰ ਪੀੜੀ ਤਾਂ ਆਪਾਂ ਲੂਜ ਕਰ ਨਹੀਂ ਨਾ ਸਕਦੇ। ਬਿਲਕੁਲ ਹਾਂਜੀ। ਅੱਛਾ ਮੈਨੂੰ ਇਹ ਦੱਸੋ, ਤੁਹਾਡੇ ਉਦਾਂ ਤੁਹਾਡੀ ਹੈਂਡਸਮ ਹੈਗੇ ਹੋ ਤੁਸੀਂ, ਤੇ ਬਾਲ ਤੁਹਾਡਾ ਇੱਕ ਵੀ ਚਿੱਟਾ ਨਹੀਂ ਹੈ, ਤੁਸੀਂ 84 ਦੇ ਜੰਮੇ ਹੋ, ਤੇ ਏਦਾਂ ਆਪਣੇ ਆਪ ਨੂੰ ਮੇਨਟੇਨ ਕਿਵੇਂ ਕੀਤਾ ਹੋਇਆ ਤੁਸੀਂ? ਤਾਂ ਬਹੁਤ ਛੋਟੇ ਲੱਗਦੇ ਹੋ ਦੇਖਣ ਦੇ ਵਿੱਚ। ਹਾਂਜੀ ਹਾਂਜੀ, ਮੈਂ ਮੈਡਮ ਗਲਤ ਚੀਜ਼ਾਂ ਨਹੀਂ ਖਾਂਦਾ, ਜਿਵੇਂ ਕੋਈ ਕਹਿ ਦੋ ਵੀ ਸ਼ਹਿਰ ਜਾ ਵੜਿਆ ਕੋਈ ਜ਼ਿਆਦਾ ਮਸਾਲੇ ਵਾਲੀ ਕੋਈ ਅਸੀਂ ਯੂਜ ਨਹੀਂ ਕਰਦੇ ਚੀਜ਼। ਅੱਛਾ ਜੀ। ਹਾਂਜੀ ਹਾਂਜੀ, ਜਿਵੇਂ ਮੇਰਾ ਦੁੱਧ ਦਹੀਂ ਵੀ ਡਾਕਟਰ ਨੇ ਬੰਦ ਕਰਾਤਾ ਸੀਗਾ। ਹਾਂਜੀ ਹਾਂਜੀ, ਉਹ ਦਵਾਈ ਚੱਲਦੀ ਕਰਕੇ ਉਹ ਕਹਿੰਦਾ ਵੀ ਭਾਰ ਆਏ ਤੇਰੇ ਹਾਜ਼ਮ ਨਹੀਂ ਆਉਣਾ, ਅੱਗਾ ਹਾਰਟ ਚੱਲ ਨਹੀਂ ਰਿਹਾ, ਪੰਪ ਨਹੀਂ ਕਰ ਰਿਹਾ। ਓਕੇ, ਮਤਲਬ ਉਹਨਾਂ ਨੇ ਵੀ ਬੰਦ ਕਰਾਤਾ ਸੀ। ਨਾਰਮਲ ਸਾਫ ਸੁਥਰਾ ਖਾਣਾ ਖਾਣਾ ਪੈਂਦਾ। ਹਾਂਜੀ, ਕਈ ਵਾਰ ਚਿੰਤਾ ਚ ਵੀ ਹੋ ਜਾਂਦੀ ਹੋਊਗੀ ਵੀ ਮੈਂ ਠੀਕ ਨਹੀਂ ਰਹਿੰਦਾ, ਵੀ ਕਿਵੇਂ, ਟੈਨਸ਼ਨ ਹੁੰਦੀ ਹੈ ਨਾ ਬੰਦੇ ਦੇ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਪੈ ਜਾਂਦੀ ਹੈ ਜੀ, ਕਦੇ ਕਦੇ ਤਾਂ ਰੋਣ ਨਿਕਲ ਆਉਂਦਾ ਪਿਆਂ ਦਾ, ਫਿਰ ਘਰਦਿਆਂ ਨੂੰ ਨਹੀਂ ਦੱਸੀਦਾ ਵੀ ਮੈਂ ਟੈਨਸ਼ਨ ਲੈ ਕੇ ਪੈ ਗਿਆ, ਛੋ ਤਾਂ ਇਹਨਾਂ ਨੂੰ ਹੋ ਹੀ ਜਾਂਦਾ ਵੀ ਆਹ ਗੱਲ ਹੋ ਗਈ ਘਰੇ। ਨਹੀਂ ਫਿਰ ਚਲੋ, ਤੁਸੀਂ ਟੈਨਸ਼ਨ ਚ ਹੁੰਦੇ ਹੋ ਫਿਰ ਤੁਸੀਂ ਕੀ ਕਰਦੇ ਹੋਗੇ? ਆਹੀ ਬਸ ਹੀ ਕੋਈ ਫਰੈਸ਼ ਹੋਈਦਾ, ਆਪ ਹੀ ਦਿਮਾਗ ਤੋਂ ਲਾਈ ਦੀਆਂ, ਫਿਰ ਰੋ ਲੈਂਦੇ ਹੋ? ਹਾਂਜੀ ਹਾਂਜੀ, ਰੋ ਕੇ ਮਨ ਹਲਕਾ ਹੋ ਜਾਂਦਾ। ਰੋ ਕੇ ਮਨ ਹਲਕਾ ਹੋ ਜਾਂਦਾ। ਖੜੀ ਤੇ ਸਿਣ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ, ਖੜੀ ਤੇ ਸਿਣ ਤੇ ਛੱਡ ਗਿਆ ਆਪ ਤੂੰ ਗੱਡੀ ਚੜ ਗਿਆ ਵੇ, ਹਾਏ ਬਾਰ ਰੋਕਿਆ ਰਾਹ ਰੋਕਿਆ ਇੱਕ ਨਾ ਮੰਨੀ ਮੇਰੀ, ਮੁੜ ਚੱਲ ਟੋਲਾ ਮੁੜ ਚੱਲ ਕਰ ਨੂੰ ਵੇ ਬਾਂਹ ਖਿੱਚਦੀ ਰਹੀ ਤੇਰੀ,
ਹਾਏ ਤਰਲੇ ਪਾਏ ਮਿੰਨਤਾਂ ਕਰੀਆਂ, ਕਿੰਨੀਆਂ ਪੈਰੀ ਚੁੰਨੀਆਂ ਧਰੀਆਂ, ਤਾਂ ਵੀ ਹੀਰਿਆ ਤਾਕਦ ਮੂਹੀ ਬਣ ਕੇ ਸੀਨੇ ਲੜ ਗਿਆ ਵੇ। ਖੜੀ ਸਟੇਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ, ਖੜੀ ਸਟੇਸ਼ਨ ਤੇ ਛੱਡ ਗਿਆ ਆਪ ਤੂੰ ਗੱਡੀ ਚੜ ਗਿਆ ਵੇ। ਇਹ ਕਿਹੜੀ ਗੱਡੀ ਤੇ ਚੜਾਇਆ ਸੀ ਤੁਸੀਂ? ਇਹ ਲਾਭ ਹੀਰੇ ਦਾ ਗਾਣਾ ਹੈ। ਅੱਛਾ, ਨਹੀਂ ਗੱਡੀ ਕਿਹੜੀ ਫੜੀ ਸੀਗੀ? ਗੱਡੀ ਆਪਾਂ ਨੀ ਕੋਈ ਫੜੀ ਸੀ, ਉਹਨੇ ਲਾਭ ਹੀਰੇ ਨੇ ਫੜੀ ਸੀ, ਮੈਂ ਉਹਦਾ। ਅੱਛਾ ਅੱਛਾ, ਨਹੀਂ ਠੀਕ ਹੈ ਠੀਕ ਹੈ। ਗੋਰਾ ਵੀਰਾ ਬਹੁਤ ਘੈਂਟ ਨੇ, ਇਹਨਾਂ ਨੇ ਬਹੁਤ ਰਿਸਪੈਕਟ ਕੀਤੀ ਬਈ ਜਦੋਂ ਆਪਾਂ ਆਏ ਹਾਂ, ਸੋ ਬਹੁਤ ਇਹਨਾਂ ਨੇ ਪਿਆਰ ਦਿੱਤਾ ਸਾਨੂੰ, ਔਰ ਪਹਿਲੇ ਬੋਲ ਤੇ ਇਹਨਾਂ ਨੇ ਗੱਲਬਾਤ ਕਰਨ ਲਈ ਰਾਜ਼ੀ ਹੋ ਗਏ। ਸੋ ਮੈਂ ਹੁਣ ਇਹਨਾਂ ਨਾਲ ਗੱਲਬਾਤ ਇਸ ਬਾਰੇ ਕਰੂੰਗੀ, ਭਾਜੀ ਤੁਹਾਡੀ ਕਿਸੇ ਨੇ ਮਦਦ ਕਰਨੀ ਹੈ, ਤੁਹਾਡੇ ਨਾਲ ਸੰਪਰਕ ਕਿਵੇਂ ਕੀਤਾ ਜਾਵੇ, ਇਹ ਤੁਸੀਂ ਵੀਡੀਓ ਰਾਹੀਂ ਜ਼ਰੂਰ ਦੱਸ ਦਿਓ ਜੀ। ਮੈਨੂੰ ਪਹਿਲਾਂ ਤਾਂ ਮੇਰਾ ਪਰਸਨਲ ਨੰਬਰ ਹੈ 98553583 ਤੇ ਕਾਲ ਕਰ ਲਓ, ਤੇ ਇਹੀ ਨੰਬਰ ਮੇਰੇ ਕੋਲੇ ਹੁੰਦਾ, ਤੇ ਹੋਰ ਨੰਬਰ ਕੋਈ ਲਾਉਣ ਦੀ ਲੋੜ ਨੀ। ਠੀਕ ਹੈ, ਮੈਂ ਹੱਥ ਬੰਨ ਕੇ ਮੇਰੀ ਤੁਹਾਡੇ ਅੱਗੇ ਇੰਸਟਾਗ੍ਰਾਮ ਤੇ ਆ ਫੇਸਬੁੱਕ ਯੂਟਿਊਬ ਚੈਨਲ ਵਾਲਿਆਂ ਨੂੰ ਹੱਥ ਬੰਨ ਕੇ ਮੈਂ ਫਰਿਆਦ ਕਰਦਾ ਵੀ ਮੈਨੂੰ ਗਲਤ ਕਮੈਂਟ ਗਾਲ ਦੇ ਉੱਪਰ ਨਾ ਕੱਢੀ ਜਾਵੇ ਯਾਰ, ਮੇਰੀ ਰਿਕੁਐਸਟ ਆ। ਬਿਲਕੁਲ, ਕੋਈ ਪਰਿਵਾਰ ਵਾਲੇ ਬੰਦੇ ਨੇ, ਪਿੱਛੇ ਬੇਟੀ ਹੈ, ਫੈਮਿਲੀ ਹੈਗੀ, ਤਾਂ ਚੰਗਾ ਨੀ ਲੱਗਦਾ ਜੇ ਕੋਈ ਬੰਦਾ ਕੁਛ ਕਰ ਰਿਹਾ ਉਹਦੇ ਉਹਨੂੰ ਐਵੇਂ ਗਲਤ ਨਾ ਬੋਲਿਆ ਕਰੋ। ਤੁਸੀਂ ਇੱਕ ਚੀਜ਼ ਨੋਟ ਰੱਖਿਓ, ਜਦੋਂ ਤੁਹਾਡਾ ਵਿਰੋਧ ਹੋਣ ਲੱਗਦੀ ਨਾ ਜ਼ਿੰਦਗੀ, ਤੁਸੀਂ ਸਮਝੋ ਕਿ ਤੁਸੀਂ ਕਾਮਯਾਬ ਹੋ। ਹਾਂਜੀ ਹਾਂਜੀ, ਤੁਸੀਂ ਵੀ ਬਹੁਤਾ ਦਿਲ ਤੇ ਨਹੀਂ ਲੈਣਾ। ਸਹੀ ਹੈ ਜੀ। ਸੋ ਬਹੁਤ ਸਾਰੇ ਲੋਕ ਤੁਹਾਨੂੰ ਪਿਆਰ ਕਰਦੇ ਆ, ਉਹਨਾਂ ਬਾਰੇ ਸੋਚ ਕੇ ਵੀ ਥੋੜਾ ਜਿਹਾ ਚੱਲੋ, ਹਨਾ? ਜਿਹੜੇ ਪਿਆਰ ਕਰਦੇ ਉਹਨਾਂ ਨਾਲ ਤਾਂ ਮੈਂ ਬਹੁਤ 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 ਧੰਨਵਾਦ ਹੈ ਜੀ, ਬਹੁਤੀ ਬਹੁਤੀ ਪ੍ਰਣਾਮ ਜੀ। ਤੇ ਤੁਸੀਂ ਬਈ ਬੋਲੀਆਂ ਵੀ ਆਪਣੀਆਂ ਇਹਨਾਂ ਤੋਂ ਗਵਾ ਸਕਦੇ, ਜੇ ਤੁਹਾਨੂੰ ਕੋਈ ਪਸੰਦ ਆ ਤਾਂ ਤੁਹਾਡਾ ਨਾਂ ਲੈ ਕੇ। ਅੱਛਾ, ਨੂਰ ਦਾ ਨਾਂ ਲੈ ਕੇ ਬੋਲੀ ਗਾ ਸਕਦੇ ਹੋ ਕੋਈ? ਨੂਰ ਵੀਰ ਤੇਰੇ ਪਹੁੰਚੀ ਗੋਠਦਿਆਂ, ਨੂਰ ਵੀਰ ਤੇਰੇ ਪਹੁੰਚੀ ਗੋਠਦਿਆਂ, ਲਾ ਕੇ ਸੈਲਮ ਸਤਾਰੇ, ਪੰਜ ਰੁਪਈਏ ਮੈਨੂੰ ਦੇ ਦੀ, ਪੰਜ ਟੇਕ ਦੀ ਡੇਰੇ ਵੇ ਤੈਨੂੰ ਰੂਪ ਚੜੇ, ਬਨ ਸਕਣਾ ਦੇ ਸੇਰੇ ਵੇ ਤੈਨੂੰ ਰੂਪ ਚੜੇ, ਬਨ ਸਕਣਾ ਦੇ ਸੇਰੇ ਵੇ ਤੈਨੂੰ ਰੂਪ ਚੜੇ। ਵਾਹ ਬਈ, ਤੁਸੀਂ ਤਾਂ ਕੁਝ ਸਕਿੰਟਿੰਗ ਲਾਏ ਤੇ ਬੋਲੀ ਬਣਾ ਵੀ ਦਿੱਤੀ। ਚਲੋ ਕਮਾਲ ਹੈ, ਬਹੁਤ ਵਧੀਆ ਲੱਗਿਆ। ਅੱਛਾ, ਕੋਈ ਫਿਰ ਡਾਇਲੋਗ ਕੋਈ? ਹਾਂਜੀ, ਪੁੱਤ ਜਦੋਂ ਅਸੀਂ ਸਾਡੇ ਤੇ ਜਵਾਨੀ ਸੀ ਨਾ, ਜਿੰਨੇ ਪਾਣੀ ਨਾਲ ਤੂੰ ਨਹਾਉਣਾ ਅਸੀਂ ਪਰਫਿਊਮ ਹੀ ਛਿੜਕ ਲੈਂਦੇ ਸੀਗੇ। ਠੀਕ ਹੈ ਨਾ? ਸੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਹੋ, ਤਾਂ ਵੀਰ ਦੀ ਮਦਦ ਕਰੋ, ਸਪੋਰਟ ਕਰੋ। ਦੇਖੋ, ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਚੱਕਿਆ ਕਰੋ, ਬਹੁਤ ਸਾਰੇ ਲੋਕ ਆਉਣਗੇ, ਤੁਹਾਡੀ ਸਪੋਰਟ ਵੀ ਕਰਨਗੇ, ਪਰ ਕਰੋ, ਪਰ ਆਪਣਾ ਮਤਲਬ ਨਾ ਕੋਈ ਵੀ ਵੀਰੋ ਕੱਢੇ, ਕਿਉਂਕਿ ਆਮ ਬੰਦਾ ਹੈ, ਦਿਲ ਦਾ ਬਿਲਕੁਲ ਸਾਫ਼, ਉਹਦੇ ਮਨ ਦੇ ਵਿੱਚ ਕੋਈ ਨਹੀਂ, ਔਰ ਇੰਨਾ ਕੁਛ ਪਤਾ ਵੀ ਨਹੀਂ ਹੈਗਾ ਉਹਨੂੰ, ਤਾਂ ਛੋਟਾ ਜਿਹਾ ਸਟਾਰਟਅਪ ਉਸ ਤੇ ਲਿਆ, ਤਾਂ ਜ਼ਿੰਦਗੀ 'ਚ ਬਹੁਤ ਸੁਪਨੇ ਪੂਰੇ ਕਰਨੇ ਚਾਹੁੰਦਾ, ਬਹੁਤ ਮਿਹਨਤ ਤੇ ਮਜ਼ਦੂਰੀ ਕਰਦਾ ਇਹਨਾਂ ਦਾ ਪੂਰਾ ਪਰਿਵਾਰ। ਸੋ ਆਓ ਆਪਾਂ ਰਲ ਮਿਲ ਕੇ ਇਹਨਾਂ ਦਾ ਸਾਥ ਦੇਈਏ। ਸੋ ਮੈਂ ਸਭ ਤੋਂ ਪਹਿਲਾਂ ਇਹ ਗੁਜ਼ਾਰਿਸ਼ ਆਖਿਰ ਦੇ ਵਿੱਚ ਮੈਂ ਸਭ ਨੂੰ ਇਹ ਕਹਿ ਦਿੰਦੀ ਹਾਂ ਕਿ ਜਿਹੜੇ ਵੀ ਵਿਦਵਾਨ ਨੇ, ਜੋ ਵੀ ਨੇ, ਸੋ ਬਹੁਤ ਕੁਛ ਬੋਲਣਗੇ, ਕਮੈਂਟਸ ਵੀ ਕਰਨਗੇ, ਪਰ ਉਸ ਤੋਂ ਪਹਿਲਾਂ ਇੰਟਰਵਿਊ ਜ਼ਰੂਰ ਦੇਖ ਲਿਓ, ਸਮਝ ਲਿਓ ਕਿ ਇਹਦਾ ਮਕਸਦ ਕੀ ਸੀ ਗੱਲਬਾਤ ਕਰਨ ਦਾ। ਬਹੁਤ ਸਾਰੇ ਲੋਕ ਆਉਂਦੇ ਆ, ਮਜ਼ਾਕ ਦਾ ਪਾਤਰ ਬਣਾਉਂਦੇ ਆ ਤੇ ਵਿਊਆਂ ਖਾਤਰ ਵੀਡੀਓ ਬਣਾ ਕੇ ਚਲੇ ਜਾਂਦੇ ਆ, ਪਰ ਸਾਡਾ ਏਦਾਂ ਦਾ ਕੋਈ ਵੀ ਮਕਸਦ ਨਹੀਂ ਸੀਗਾ। ਸਾਡਾ ਮਕਸਦ ਸੀ ਇਸ ਵੀਰ ਦੀ ਰਿਐਲਿਟੀ ਦਿਖਾਉਣਾ ਕਿ ਕਿੱਦਾਂ ਦੀ ਜ਼ਿੰਦਗੀ ਇਹ ਬਤੀਤ ਕਰ ਹੈ। ਸੋ ਸਪੋਰਟ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਔਰ ਨਾਲ ਵੀਰੇ ਦੇ ਚੈਨਲ ਨੂੰ ਵੀ ਦੇਖਦੇ ਰਹੋ। ਬਹੁਤ ਬਹੁਤ ਧੰਨਵਾਦ ਵੀਰੇ, ਕੁਛ ਕਹਿਣਾ ਚਾਹੁੰਦੇ ਹੋ? ਭੈਣ ਜੀ ਬਹੁਤ ਬਹੁਤ ਸ਼ੁਕਰੀਆ, ਸਾਰੇ ਇੰਸਟਾਗ੍ਰਾਮ ਵਾਲਿਆਂ ਦਾ ਧੰਨਵਾਦ।